ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ। ਅੱਜ ਮੈਂ ਇਸ ਵੀਡੀਓ 'ਚ ਲੈ ਕੇ ਆਈ ਹਾਂ ਝੱਲੇ ਸੌਂਗ ਦਾ ਜੋ ਹੁੱਕ ਸਟੈਪ ਉਹ, ਅਤੇ ਆਹ ਉਹਦਾ ਮੈਂ ਟਿਊਟੋਰੀਅਲ ਤੁਹਾਡੇ ਨਾਲ ਸ਼ੇਅਰ ਕਰੂੰਗੀ। ਅਤੇ ਆਹ ਬਹੁਤ ਹੀ ਈਜ਼ੀ ਸਟੈਪ ਹੈ, ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ। ਅਤੇ ਸਟਾਰਟ ਕਰਦੇ ਹਾਂ ਆਪਣਾ ਸਟੈਪ। ਅਤੇ ਇਸ 'ਚ ਸਭ ਤੋਂ ਪਹਿਲਾਂ ਮੈਂ ਫੁੱਟਵਰਕ ਦੱਸੂੰਗੀ, ਉਸ ਤੋਂ ਬਾਅਦ ਹੈਂਡਵਰਕ। ਅਤੇ ਪਹਿਲੀ ਗੱਲ, ਜਿਹੜੇ ਪੈਰ ਨਾਲ ਤੁਸੀਂ ਕੰਫਰਟੇਬਲ ਹੋ ਤੁਸੀਂ ਉਸ ਪੈਰ ਨਾਲ ਤੁਸੀਂ ਸਟੈਪ ਕਰ ਸਕਦੇ ਹੋ। ਅਤੇ ਇੱਥੇ ਮੈਂ ਰਾਈਟ ਪੈਰ ਨੂੰ ਲੈਗ ਨੂੰ ਅੱਗੇ ਕਰ ਰਹੀ ਹਾਂ ਅਤੇ ਲੈਫਟ ਉੱਥੇ ਹੀ ਆ। ਉਸ ਤੋਂ ਬਾਅਦ ਇਹਨੂੰ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਕ੍ਰੋਸ ਕੀਤਾ ਪੈਰਾਂ ਨੂੰ। ਉਸ ਤੋਂ ਬਾਅਦ ਤੁਸੀਂ ਇੱਕ ਜੰਪ ਲੈਣਾ ਹੈ ਛੋਟਾ ਜਿਹਾ, ਫਿਰ ਆਪਣਾ ਪੈਰ ਅੱਗੇ ਲੈ ਕੇ ਆਉਣਾ, ਜਿੱਦਾਂ ਨੋਰਮਲ ਖੜ੍ਹੇ ਹੁੰਦੇ ਉਸ ਤੋਂ ਥੋੜ੍ਹਾ ਜਿਹਾ ਅੱਗੇ ਲੈ ਕੇ ਆਉਣਾ ਹੈ। ਫਿਰ ਤੁਸੀਂ ਜੰਪ ਕਰੋਗੇ ਅਤੇ ਪੈਰ ਜਿਹੜਾ ਹੈ ਤੁਹਾਡਾ ਲੈਫਟ ਵਾਲਾ ਉਹ ਵੀ ਕ੍ਰੋਸ ਹੋ ਜਾਏਗਾ ਇਸ ਟਾਈਪ ਨਾਲ। ਫਿਰ ਤੁਸੀਂ ਉੱਥੇ ਜਿੱਥੇ ਪੈਰ ਪਹਿਲਾਂ ਰੱਖਿਆ ਸੀ ਉਦੋਂ ਕਰਕੇ ਸਿਰਫ ਤੁਸੀਂ ਆਪਣੇ ਹੱਥ ਨੂੰ ਮੂਵ ਕਰਨਾ ਹੈ। ਤੇ ਹੁਣ ਜੋ ਹੈਂਡਵਰਕ ਆ ਫੁੱਟਵਰਕ ਉਹ ਮੈਂ ਤੁਹਾਨੂੰ ਨਾਲ ਕਰਕੇ ਦਿਖਾਉਂਦੀ ਹਾਂ। 1 2 3 4 1 2 3 4 ਤੇ ਜੋ ਹੈਂਡਵਰਕ ਆ ਤੇ ਜਦੋਂ ਤੁਸੀਂ ਇਸ ਸਟੈਪ ਨੂੰ ਕਰਦੇ ਹੋ ਤੁਸੀਂ ਆਪਣੇ ਸ਼ੋਲਡਰ ਸਪਾਂਸ ਜ਼ਰੂਰ ਕਰਨਾ ਹੈ ਅਤੇ ਇਹਦੇ ਨਾਲ ਤੁਹਾਡਾ ਜੋ ਸਟੈਪ ਉਹ ਹੋਰ ਵੀ ਵਧੀਆ ਲੱਗੇਗਾ। ਅਤੇ ਇਹਨੂੰ ਆਪਣੇ ਸਟੈਪ ਨੂੰ ਕਰਕੇ ਦਿਖਾਉਂਦੇ ਹਾਂ ਸੌਂਗ 'ਤੇ। ਅਤੇ ਐਸੀ ਮੇਰੀ ਅੱਜ ਦੀ ਵੀਡੀਓ ਜੋ ਮੈਂ ਤੁਹਾਨੂੰ ਸਟੈਪ ਦੱਸਿਆ ਝੱਲੇ ਸੌਂਗ ਦਾ, ਇਹ ਬਹੁਤ ਹੀ ਈਜ਼ੀ ਹੈ, ਇਹਨੂੰ ਤੁਸੀਂ ਥੋੜ੍ਹੀ ਜਿਹੀ ਪ੍ਰੈਕਟਿਸ ਦੇ ਨਾਲ ਆਸਾਨੀ ਨਾਲ ਸਿੱਖ ਸਕਦੇ ਹੋ ਐਂਡ ਇੰਜੋਏ ਕਰ ਸਕਦੇ ਹੋ ਆਪਣਾ ਡਾਂਸ, ਗਿੱਧਾ, ਭੰਗੜਾ। ਐਂਡ ਤੁਹਾਨੂੰ ਹੋਰ ਇਹੋ ਜਿਹੀ ਯੂਜ਼ਫੁਲ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀ ਵੀਡੀਓਜ਼ ਨੂੰ ਲਾਈਕ ਕਰੋ ਐਂਡ ਜਲਦੀ ਮਿਲਦੇ ਆਪਣੀ ਨਵੀਂ ਵੀਡੀਓ। ਤਦ ਤੱਕ ਬਾਏ।